ਚੰਡੀਗੜ੍ਹ ਮੇਅਰ ਦਾ ਇਲੈਕਸ਼ਨ ਕਿਤੇ ਨਾ ਕਿਤੇ ਟਾਲ ਦਿੱਤਾ ਗਿਆ ਔਰ ਡਾਕਟਰ ਸੰਨੀ ਆਹਲੂਵਾਲੀਆ ਜਿਹੜੇ ਨੇ ਸੀਨੀਅਰ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਸਾਡੇ ਨਾਲ ਨੇ ਸਰ ਫਿਲਹਾਲ ਮੀਟਿੰਗ ਹੋ ਕੇ ਹਟੀ ਹੈ ਕੀ ਚਰਚਾਵਾਂ ਹੋਈਆਂ ਯਾਰ ਇਸ 'ਚ ਮੈਨੂੰ ਤਾਂ ਇਹ ਦੱਸੋ ਕਿ ਇੱਕ ਪਾਰਟੀ ਕੋਲ 20 ਨੇ ਇੱਕ ਕੋਲ 15 ਬਿਲਕੁਲ ਕਲੀਅਰ ਹੈ ਇਸ 'ਚ ਲੌਜਿਕ ਕੀ ਹੈ ਇਸ 'ਚ ਪ੍ਰੋਬਲਮ ਕੀ ਹੈ ਚੀਜ਼ਾਂ ਕੀ ਨੇ ਕਲੀਅਰ ਹੈਗਾ 20 ਅਤੇ 15 ਕਲੀਅਰ ਹੋਣਾ ਚਾਹੀਦਾ ਇਹਨਾਂ ਨੂੰ ਬੀਜੇਪੀ ਨੂੰ ਮੈਨੂੰ ਸਮਝ ਨਹੀਂ ਆ ਰਹੀ ਕਿ ਮੇਅਰ ਦਾ ਇਲੈਕਸ਼ਨ ਹੈ ਯਾਰ ਕੋਈ ਕਾਹਦਾ ਇਲੈਕਸ਼ਨ ਹੈ ਮੇਅਰ ਦਾ ਇਲੈਕਸ਼ਨ ਹੈ ਇੰਨਾ ਇਹੋ ਜਿਹਾ ਚੀਜ਼ ਨਾ ਕਰੋ ਕਿ ਲੋਕਾਂ ਦਾ ਵਿਸ਼ਵਾਸ ਉੱਠ ਜਾਏ ਮੈਂ ਉਮੀਦ ਕਰਦਾ ਕਿ ਹਾਈ ਕੋਰਟ ਤੋਂ ਰਿਲੀਫ ਮਿਲੇਗਾ ਔਰ ਇਹ ਇਲੈਕਸ਼ਨ ਜਿਹੜਾ ਉਹ ਜਲਦ ਤੋਂ ਜਲਦ ਦੁਆ ਕਰਦੇ ਹਾਂ ਵੀ ਜਲਦ ਹੋਵੇ ਤਾਂ ਕਿ ਰਿਜ਼ਲਟ ਜਿਹੜਾ ਉਹ ਕਲੀਅਰ ਆਵੇ ਹਾਲਾਂਕਿ ਕਹਿੰਦੇ ਪ੍ਰੈਜ਼ੀਡਿੰਗ ਆਫੀਸਰ ਜਿਹੜਾ ਬਿਮਾਰ ਹੈ ਤੁਹਾਨੂੰ ਕੀ ਲੱਗਦਾ ਇਹ ਚੁਣਾਵ ਟਾਲਣ ਦੇ ਪਿੱਛੇ ਕੀ ਕਾਰਨ ਰਿਹਾ ਹੋਣਾ ਦੇਖੋ ਇੱਦਾਂ ਮੈਂ ਤਾਂ ਪਹਿਲਾਂ ਦੁਆ ਕਰਦਾ ਕਿ ਉਹ ਜਲਦੀ ਠੀਕ ਹੋਣ ਕਿਉਂਕਿ ਰਾਜਨੀਤਿਕ ਦੇ ਅੰਦਰ ਬੇਸ਼ੱਕ ਦੂਜੀ ਪਾਰਟੀ ਦਾ ਹੋਏ ਪਰ ਪਰਮਾਤਮਾ ਕਿਸੇ ਨੂੰ ਬਿਮਾਰ ਨਾ ਰੱਖੀ ਜਲਦੀ ਠੀਕ ਕਰੇ ਉਹਨਾਂ ਨੂੰ ਔਰ 15 ਸੈਕਟਰ ਦੇ ਅੰਦਰ ਰਹਿੰਦੇ ਹਾਂ ਮੈਂ ਸਮਝਦਾ ਕਿ ਉਹਨਾਂ ਨੂੰ PGI ਚੰਗਾ ਹਸਪਤਾਲ ਹੈ ਆਪਣੇ ਕੋਲ 16 ਸੈਕਟਰ ਦਾ ਹਸਪਤਾਲ ਹੈ ਘਰ ਦੇ ਨੇੜੇ ਹੈ ਘਰ ਦੇ ਨੇੜੇ ਆਓ ਇੱਥੇ ਚੰਗਾ ਇਲਾਜ ਆਪਾਂ ਕਰਾਈਏ ਕਾਹਨੂੰ ਦੂਰ ਜਾਣਾ ਘਰ ਤੋਂ ਇਲਾਜ ਕਰਾਉਣ ਲਈ ਪ੍ਰਿਸਾਈਡਿੰਗ ਆਫੀਸਰ ਨੇ ਉਹਨਾਂ ਦੀ ਆ ਜਾਏਗੀ ਬਰੀਫ ਹਿਸਟਰੀ ਮੈਡੀਕਲ ਤੁਸੀਂ ਤਾਂ ਸਾਡੇ ਤੋਂ ਪਹਿਲਾਂ ਕੱਢ ਦੇਣੀ ਹੈ ਔਰ ਫਿਰ ਪਤਾ ਲੱਗ ਜੂਗਾ ਵੀ ਬਿਮਾਰ ਹੈਗੇ ਨੇ ਕਿ ਬਿਮਾਰ ਕਿਤੇ ਗਏ ਸਰ 20 ਕਾਉਂਸਲਰ ਤੁਹਾਡੇ ਨਾਲ ਨੇ ਅੱਗੇ ਕਿਤਨੇ ਕਿਤੇ ਡਰ ਹੈ ਕਿ ਕਾਉਂਸਲਰ ਕੋਈ ਉੱਧਰ ਜਾ ਸਕਦਾ ਹਾਈਜੈਕ ਕਰ ਸਕਦੇ ਦੇਖੋ ਮੈਂ ਤਾਂ ਪਰਮਾਤਮਾ 'ਤੇ ਵਿਸ਼ਵਾਸ ਕਰਨ ਵਾਲਾ ਬੰਦਾ ਪਰਮਾਤਮਾ ਜੋ ਕਰੂੰ ਚੰਗਾ ਕਰੂੰ ਔਰ ਇਲੈਕਸ਼ਨ ਦੇ ਰਿਜ਼ਲਟ ਜਿਹੜਾ ਉਹ ਪੋਜ਼ਿਟਿਵ ਆਊਗਾ ਅੱਗੇ ਕੀ ਰਣਨੀਤੀ ਹੈ ਮੇਅਰ ਬਣਾ ਕੇ ਸਫਾਈ ਕਰਨੀ ਜੀ ਚੰਡੀਗੜ੍ਹ ਦੀ ਚੰਡੀਗੜ੍ਹ ਨੂੰ ਫਸਟ ਨੰਬਰ 'ਤੇ ਲੈ ਕੇ ਆਉਣਾ ਇਹ ਰਣਨੀਤੀ ਹੈ ਉਹਦੀ ਤਿਆਰੀ ਕਰ ਰਹੇ ਹਾਂ ਹੋਰ ਕੋਈ ਰਣਨੀਤੀ ਨਹੀਂ ਕੋਈ ਚੇਂਜ ਨਹੀਂ ਹਾਈ ਕੋਰਟ 'ਚ ਤੁਹਾਡੇ ਵੱਲ ਦਾ ਫੈਸਲਾ ਦੇਖੋ ਜੀ ਕੋਰਟ ਤੋਂ ਤਾਂ ਸਾਰੀ ਦੁਨੀਆ ਕਹਿੰਦੀ ਵੀ ਕੋਰਟ ਜਿਹੜੇ ਫੈਸਲੇ ਕਰਦੀ ਉਹ ਚੰਗੇ ਕਰਦੀ ਔਰ ਜੋ ਵੀ ਫੈਸਲਾ ਹੋਏਗਾ ਉਹ ਐਕਸੈਪਟ ਕਰਾਂਗੇ ਉਹ ਜੋ ਵੀ ਫੈਸਲਾ ਜਦ ਵੀ ਆਏਗਾ ਜਲਦ ਤੁਹਾਡੇ ਨਾਲ ਡਿਸਕਸ ਵੀ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਸੋ ਕਿਉਂਕਿ ਚੰਡੀਗੜ੍ਹ ਨਗਰ ਨਿਗਮ ਦਾ ਜਿਹੜਾ ਮੇਅਰ ਦਾ ਚੋਣ ਸੀ ਉਹ ਟਾਲ ਦਿੱਤੀ ਗਈ ਹੈ ਔਰ ਫਿਲਹਾਲ ਅਸੀਂ ਪੰਜਾਬ ਮੁੱਖ ਮੰਤਰੀ ਦੇ ਘਰ ਦੇ ਬਾਹਰ ਆ ਜਿੱਥੇ ਮੀਟਿੰਗ ਹੋ ਕੇ ਹਟੀ ਹੈ ਸਰਦਾਰ ਜਰਨੈਲ ਸਿੰਘ ਆਮ ਆਦਮੀ ਪਾਰਟੀ ਸੀਨੀਅਰ ਲੀਡਰ ਔਰ ਡਾਕਟਰ ਸੰਨੀ ਆਹਲੂਵਾਲੀਆ ਨਾਲ ਤਮਾਮ ਕੌਂਸਲ ਸਾਹਿਬਾਨ ਜਿਹੜੇ ਨੇ ਮੀਟਿੰਗ ਕਰਕੇ ਹਟੇ ਨੇ ਕਿਤੇ ਨਾ ਕਿਤੇ ਅੱਗੇ ਦੀ ਜਿਹੜੀ ਸਟ੍ਰੈਟੇਜੀ ਹੈ ਉਹ ਤਿਆਰ ਕੀਤੀ ਜਾ ਰਹੀ ਹੈ ਹਾਈ ਕੋਰਟ ਦਾ ਫਿਲਹਾਲ ਰੁੱਖ ਕੀਤਾ ਔਰ ਕਿਤੇ ਨਾ ਕਿਤੇ ਕੌਨਫੀਡੈਂਟ ਜਿਹੜੀ ਹੈ ਆਮ ਆਦਮੀ ਪਾਰਟੀ ਨਜ਼ਰ ਆ ਰਹੀ ਹੈ ਕਿ ਚੰਡੀਗੜ੍ਹ 'ਚ ਉਹਨਾਂ ਦਾ ਮੇਅਰ ਬਣੇਗਾ ਫਿਲਹਾਲ ਚੁਣਾਵ ਜਿਹੜਾ ਹੈ ਚੋਣਾਂ ਟਾਲ ਦਿੱਤੀਆਂ ਗਈਆਂ ਨੇ ਅਗਲੀ ਡੇਟ ਹਜੇ ਮਿਲਣੀ ਹੈ ਔਰ ਤਮਾਮ ਸਟ੍ਰੈਟੇਜੀ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਕੈਮਰਾਮੈਨ ਮਨਿੰਦਰ ਸੈਦ ਅਤਰੀ ਨਾਲ ਦੀਪਕ ਸ਼ਰਮਾ MHO ਨਿਊਜ਼ ਚੰਡੀਗੜ੍ਹ